ਸੰਗਤ ਦਾ ਬਹੁਤ ਸਹਿਯੋਗ ਹੈ ਔਰ 17,450 ਰੁਪਏ ਐਨੂਅਲ ਫੀਸ ਬਣਦੀ ਹੈ ਨਾ ਇਸ ਬੱਚੇ ਦੀ, ਤੋ ਪਲੱਸ ਟੂ ਦੀ ਇੰਕਲੂਡਿੰਗ ਹਰ ਬੋਰਡ ਫੀਸ ਹੈ ਨਾ, ਬੋਰਡ ਫੀਸ ਵੀ ਇੰਕਲੂਡ ਹੈ ਇਸ 'ਚ, ਬਹੁਤ ਵਧੀਆ ਨਾ। ਗੁਰਦੀਪ ਕੌਰ ਨੂੰ ਐਕਸਟੈਂਡ ਕਰ ਰਹੇ ਹਾਂ ਔਰ ਉਹ ਆਪਣੇ ਸਕੂਲ 'ਚ ਲਗਾ ਲੇਗੀ ਔਰ ਇਹਨਾਂ ਦੀ ਪਲੱਸ ਟੂ ਕੰਪਲੀਟ ਹੋ ਜਾਏਗੀ ਨਾ। ਇਸ ਤਰੀਕੇ ਨਾਲ ਸਾਰੀ ਸੇਵਾਵਾਂ ਐਕਸਟੈਂਡ ਹੋ ਜਾਏਗੀ, ਤੁਸੀਂ ਜ਼ਰੂਰ ਜੋੜ ਸਕਦੇ ਹੋ ਔਰ ਸਪੋਰਟ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, SHSG ਕੇਅਰ ਸੈਂਟਰ ਪਿੰਡ ਮਦਰਹੇੜੀ ਜ਼ਿਲ੍ਹਾ ਮੋਹਾਲੀ ਦੇ ਵਿੱਚ ਖੜ੍ਹੇ ਹਾਂ। ਵੱਖ ਵੱਖ ਸੇਵਾਵਾਂ ਦੇ ਵਿੱਚ ਲਗਾਤਾਰ ਸੰਗਤ ਵੱਲੋਂ ਸਹਿਯੋਗ ਚੱਲ ਰਿਹਾ। ਉਸੇ ਕੜੀ ਦੇ ਵਿੱਚ ਪਰਸੋਂ ਫੀਸ ਭਰ ਕੇ ਹਟਿਆ ਸਿਮਰਨਜੀਤ ਕੌਰ, ਜੋ ਕਿ ਚਮਕੌਰ ਸਾਹਿਬ ਤੋਂ ਬਿਲੋਂਗ ਕਰਦੇ ਸੀਗੇ, ਇਹਨਾਂ ਦੀ 30,000 ਰੁਪਏ ਫੀਸ ਸੀਗੀ। ਇਹ ਕੋਹਲੀ ਭਾਅ ਜੀ ਸੀਗੇ, ਗੁਰੂ ਕੀ ਅਸੀਸ ਫਾਊਂਡੇਸ਼ਨ ਨੇ ਉਹਨਾਂ ਨੇ ਸਪੋਂਸਰ ਕੀਤੀ ਸੀਗੀ ਔਰ ਅੱਜ ਗੱਲ ਕੀਤੀ ਸੀਗੀ ਕਈ ਭੈਣਾਂ ਨਾਲ। ਰਾਤੀ ਛੋਟੀ ਭੈਣ ਹੈਗੀ ਹੈ ਪ੍ਰਭਦੀਪ ਕੌਰ, ਨਾ ਪ੍ਰਭਦੀਪ ਕੌਰ ਪਲੱਸ ਟੂ ਦੇ ਵਿੱਚ ਹੈ ਔਰ ਪ੍ਰਭਦੀਪ ਦੇ ਕਿਸੇ ਕਾਰਨ ਵਸ਼ ਨਾ ਆਰਥਿਕ ਹਾਲਾਤ ਉੱਪਰ ਥੱਲੇ ਹੋ ਜਾਂਦੇ ਸਾਰਿਆਂ ਦੇ, ਸਕੂਲ ਐਜੂਕੇਸ਼ਨ ਦੇ ਵਿੱਚ ਉਹਨੂੰ ਸਪੋਰਟ ਚਾਹੀਦੀ ਸੀਗੀ ਨਾ, ਬਟ ਗੁਰੂ ਸਾਹਿਬ ਦੀ ਬਹੁਤ ਅਸੀਸ ਹੈ, ਬਹੁਤ ਸ਼ੁਕਰ ਹੈ ਉਹਨਾਂ ਦਾ, ਬਹੁਤ ਕੰਪੈਸ਼ਨੇਟ ਔਰ ਜਨਰਸ ਵੀਰ ਔਰ ਭੈਣ ਜੁੜੇ ਹੋਏ ਹੈ। ਗੱਲ ਕੀਤੀ ਔਰ ਨਾਲ ਦੀ ਨਾਲ ਅਕਾਲ ਪੁਰਖ ਦੀ ਭੈ ਭਾਵਨੀ ਔਰ ਹੁਕਮ 'ਚ ਰਹਿ ਕੇ ਪ੍ਰਭਦੀਪ ਕੌਰ ਦੇ ਲਈ ਸੰਗਤ ਰੂਪ 'ਚ ਉਹਨਾਂ ਨੇ ਸੇਵਾ ਐਕਸਟੈਂਡ ਕੀਤੀ। ਪ੍ਰਭਦੀਪ ਕੌਰ, ਜਿਨ੍ਹਾਂ ਭੈਣਾਂ ਨੇ ਆਪਣੇ ਮਿਹਨਤ ਦੀ ਕਮਾਈਆਂ 'ਚੋਂ ਕੱਢ ਕੇ ਦਸਵੰਧ ਕੱਢਦੇ ਹੋਏ ਤੁਹਾਡੇ ਨੂੰ ਸਪੋਰਟ ਕੀਤੀ ਹੈ, ਤੁਹਾਡੇ ਵਰਗੀ ਹੋਰ ਬਹੁਤ ਪ੍ਰਭਦੀਪ ਕੌਰ ਨੂੰ ਸਪੋਰਟ ਕਰਦੀਆਂ ਨੇ ਨਾ, ਉਹਨਾਂ ਲਈ ਕੁਛ ਕਹਿਣਾ ਚਾਹੋਗੇ? ਉਹਨਾਂ ਨੂੰ ਇਹ ਕਹੂੰਗੀ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜੇ ਸਾਡੇ ਵਰਗੇ ਲੋਕਾਂ ਨੂੰ ਬਹੁਤ ਸਪੋਰਟ ਕਰਦੇ ਨੇ, ਅਤੇ ਅੱਗੇ ਵੀ ਵਾਹਿਗੁਰੂ ਤੁਹਾਨੂੰ ਵੀ ਇਵੇਂ ਬਲ ਬਖਸ਼ੇ ਕਿ ਉਹ ਸਾਰਿਆਂ ਦੀ ਸੇਵਾ ਕਰੋ। ਬਹੁਤ ਬਹੁਤ ਥੈਂਕ ਯੂ ਤੁਹਾਡਾ। ਸਿਰਫ 17-18 ਸਾਲ ਦਾ ਛੋਟਾ ਬੱਚਾ, ਇਹ ਬੜੀ ਭੈਣ ਹੈ ਪ੍ਰਭਜੀਤ ਕੌਰ, ਕੀ ਨਾਮ ਬੱਚੇ ਤੁਹਾਡਾ? ਤਰਨਜੋਤ। ਦੇਖੋ ਇਸ ਇਹ ਵੀਡੀਓ ਬਣਾਉਣ ਦਾ ਸਿਰਫ ਇੱਕੋ ਇੱਕ ਮਕਸਦ ਹੁੰਦਾ ਕਿ ਹੁਣ ਤਰਨਜੋਤ ਨੇ 2 ਸਾਲ ਤੋਂ ਪੜ੍ਹਾਈ ਛੱਡੀ ਹੋਈ ਹੈ, ਕਿਉਂ ਛੱਡੀ ਹੋਈ ਹੈ? ਥੋੜ੍ਹੇ ਜਿਹੇ ਆਰਥਿਕ ਅਭਾਵ ਨੇ ਨਾ, ਥੋੜ੍ਹੇ ਫਾਈਨੈਂਸ਼ੀਅਲ ਰਿਸੋਰਸਿਸ ਘੱਟ ਨੇ ਨਾ, ਲੇਕਿਨ ਇੱਕ ਜੋ ਵਿਮੈਨ ਹੁੰਦੀ ਹੈ ਉਹ ਸਮਾਜ ਦੀ ਸਿਰਜਣਾ ਕਰਦੀ ਹੈ ਨਾ, ਉਹਦਾ ਪਾਵਰਫੁੱਲ ਹੋਣਾ, ਉਹਦਾ ਇੰਡੀਪੈਂਡੈਂਟ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਸ ਕੰਪੇਅਰ ਟੂ ਮੇਲ ਕਾਊਂਟਰ ਪਾਰਟ ਨਾ। ਕਈ ਵਾਰ ਜ਼ਿੰਦਗੀ 'ਚ ਕਿਸੇ ਨਾ ਕਾਰਨ ਵਸ਼ ਮੇਲ ਜੋ ਹੈ ਕੋਲੈਪਸ ਕਰਦੇ ਨਾ ਰਹੇ, ਤਾਂ ਜੇ ਵਿਮੈਨ ਇੰਡੀਪੈਂਡੈਂਟ ਹੋਏਗੀ, ਸਸ਼ਕਤ ਹੋਏਗੀ ਨਾ, ਉਹ ਆਪਣਾ ਔਰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਦੀ ਹੈ, ਹੈ ਨਾ। ਇਸੇ ਤਰੀਕੇ ਸਮਾਜ ਦੀ ਸਿਰਜਣਾ ਦੇ ਵਿੱਚ ਇੱਕ ਔਰਤ ਦਾ ਬਹੁਤ ਅਹਿਮ ਯੋਗਦਾਨ ਹੁੰਦਾ। ਤੁਸੀਂ ਹੁਣ ਅੱਗੇ ਪੜ੍ਹਨਾ ਚਾਹੁੰਦੇ ਹੋ? ਹਾਂ, 2 ਸਾਲ ਦੇ ਗੈਪ ਤੋਂ ਬਾਅਦ ਦੁਬਾਰਾ ਪੜ੍ਹਾਈ ਸ਼ੁਰੂ ਕਰ ਲਓਗੇ? ਤਰਨਜੋਤ, ਤੁਸੀਂ ਕਰਨਾ ਕਿਆ ਚਾਹੁੰਦੇ ਹੋ? BA ਕਰਨਾ ਚਾਹੁੰਦੇ ਹੋ? ਜੀ, ਵੈਸੇ ਤਾਂ ਮੈਂ ਸੋਚਿਆ ਸੀ ਕਿ BA ਤੋਂ ਬਾਅਦ ਹੀ ਨੌਕਰੀ ਕਰੂੰਗੀ। ਸੰਗਤ ਜੀ, ਤਰਨਜੋਤ ਵਰਗੇ ਹੋਰ ਬਹੁਤ ਸਾਰੇ ਬੱਚੇ ਨੇ ਲਗਾਤਾਰ ਸੇਵਾ ਦੇ ਵਿੱਚ ਸਹਿਯੋਗ ਚੱਲ ਰਿਹਾ ਐਜੂਕੇਸ਼ਨ ਦੇ ਵਿੱਚ, ਹੈ ਨਾ, ਜੋ ਪੇਸ਼ੈਂਟ ਔਰ ਬਾਕੀ ਗ੍ਰੰਥੀ ਸਿੰਘਾਂ ਦੇ ਘਰਾਂ ਦੀ ਉਸਾਰੀ ਔਰ ਕਾਫੀ ਸਾਰੀ ਸੇਵਾਵਾਂ ਨੇ ਵੱਖਰੀ ਵੱਖਰੀ ਚੱਲ ਰਹੀਆਂ ਨੇ, ਡਾਇਵਰਸੀਫਾਈਡ, ਉਸ 'ਚ ਤਾਂ ਸਹਿਯੋਗ ਚੱਲ ਹੀ ਰਿਹਾ ਨਾ। ਅਤੇ ਹੁਣ ਤਰਨਜੋਤ ਨੂੰ ਵੀ ਸਪੋਰਟ ਕਰਨ ਲੱਗੇ ਆ। ਇਹ ਛੋਟੀ ਭੈਣਾਂ ਸਰਵਮੈਂਟੀ ਦੇ ਨਾਲ ਜੋ ਵੀਰ ਭੈਣ ਜੁੜੇ ਹੋਏ ਨੇ, ਉਹਨਾਂ ਦੇ ਭਰੋਸੇ 'ਚ ਰਹਿ ਕੇ, ਹੈ ਨਾ, ਅਕਾਲ ਪੁਰਖ ਦੀ ਸੰਗਤ ਦੇ ਭਰੋਸੇ 'ਚ ਰਹਿ ਕੇ ਇਹਨਾਂ ਨੂੰ ਅਸ਼ੋਰ ਕਰ ਰਿਹਾ ਆਲਰੇਡੀ ਕਿ ਕਾਲਜ ਦੇ ਵਿੱਚ ਜਾ ਰਹੇ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਤਰਨਜੋਤ ਦੀ ਫੀਸ ਵੀ ਭਰੀ ਜਾਏਗੀ। ਸੰਗਤ ਰੂਪ ਦੇ ਵਿੱਚ ਸਾਰੀ ਸੇਵਾਵਾਂ ਚੱਲ ਰਹੀਆਂ, ਤੁਸੀਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰਦੇ ਰਹੋ। ਬਹੁਤ ਸਾਰੇ ਤਰਨਜੋਤ ਕੌਰ ਜਾਂ ਪ੍ਰਭਦੀਪ ਕੌਰ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੇਵਾ ਦੀ ਸਹਿਯੋਗ ਦੀ ਲੋੜ ਹੈ ਨਾ। ਜੇ ਤੁਸੀਂ ਵੀਡੀਓ ਸ਼ੇਅਰ ਕਰੋਗੇ, ਇੱਦਾਂ ਦੇ ਛੋਟੇ ਬੱਚੇ ਸਾਨੂੰ ਕੰਟੈਕਟ ਕਰ ਸਕਦੇ, ਉਹਨਾਂ ਤੱਕ ਪਹੁੰਚ ਹੋ ਸਕਦੀ ਹੈ,
ਹੈ ਨਾ, ਤਾਂ ਹੀ ਉਹ ਸਾਨੂੰ ਫੋਨ ਕਰਦੇ ਨੇ। ਤੁਹਾਡਾ ਵੀਡੀਓ ਸ਼ੇਅਰ ਕਰਨਾ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਔਨਲਾਈਨ ਸੇਵਾ, ਇਹਨੂੰ ਬਿਲਕੁਲ ਨਾ ਕਰਨਾ ਭੁੱਲੋ। ਫਤਿਹ ਜੀ ਸਾਹਿਬ ਨਾਲ ਵੀਡੀਓ ਕਲੋਜ਼ ਕਰ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।